मॉर्निंग स्टूडेंट्स, असी गल करते संत राम उदासी दीयां कवितावां बारे। असी संत राम उदासी दीयां कवितावां दी प्रसंग सहित व्याख्या कीती सी। अज असी नैक्सट कविता करांगे जिहदा नाम है वारसां दे नाम। फोर्थ कविता, वारसां दे नाम। साडा अम्मीओ जरा ना करो झोरा, झोरा मतलब फिकर। एक जिहड़ा क्रांतिकारी व्यक्ति आ उह अपनी मां बाप नूं की कह रहा, कहिंदा साडा अम्मीओ जरा ना करो झोरा, सानूं जिंदगी सुरखुर करन दिओ। क्रांतिकारी कवि है जिहड़ा, उह अपनी मां नूं कहिंदा, कहिंदा उसदा ते उसदे साथियां दा रता वे फिकर ना करो, सानूं जिंदगी सुरखुर करन दिओ, सानूं अपनी जिंदगी सफलता दे नाल जिउण दिओ। असीं जम्मे हाँ हौके दी लाट विचों, असीं हौके दी लाट विचों जम्मे हाँ, मतलब दुखां दर्दां दी जिंदगी दे विचों जम्मे हाँ। सानूं सेक जुदाई दा जन्म दिओ, इस लई सानूं तुसीं जुदाई दा सेक जन्म दिओ, साडे परिवार तों दूर हो के सानूं खुशी नाल भरिया जीवन गुजारन दिओ। ठीक है जी, नैक्सट है, साडे वीरां नूं वज के घरां अंदर। क्रांतिकारी अपनी मां नूं की कह रहा, कहिंदे उसदे ते उसदे साथियां दा रता वे फिकर ना करे, ते उह अपने भरावां नूं उहनां दे राह ते तुरन तों ना रोके, जिउंदी मारिओ ना साडी आ माता। तुसीं साडी सोभा नूं कायम रखिओ, साडी सोभा नूं खतम ना करिओ, भगत सिंह दी मां बेशक बणे। ठीक है, क्रांतिकारी अपनी मां नूं कहिंदा, कहिंदा तुसीं भगत सिंह दी मां वर्गियां मावां बणिओ, हाड़े बणिओ ना किते पंजाब माता। तुसीं सरकार दा कोई खिताब प्राप्त ना करना, सरकार दीयां गल्लां ਸਾਡੇ ਸਿਰਾਂ ਉੱਤੇ ਨਿਸ਼ਚਾ ਰੱਖ ਬਾਪੂ, ਨੰਗੀ ਹੋਣ ਨਾ ਦਿਆਂਗੇ ਕੰਡ ਤੇਰੀ। ਕਹਿੰਦੇ ਸਾਡੇ ਉੱਤੇ ਯਕੀਨ ਰੱਖ, ਅਸੀਂ ਤੇਰੀ ਜਿਹੜੀ ਪਾਗਾਂ ਉਹਨੂੰ ਰੁੱਲ ਨਹੀਂ ਦਿਆਂਗੇ, ਤੇਰੀ ਇੱਜ਼ਤ ਨੂੰ ਕਾਇਮ ਰੱਖਾਂਗੇ। ਤਿਪ ਤਿਪ ਜਵਾਨੀ ਦੀ ਡੋਲ ਕੇ ਵੀ ਅਸੀਂ, ਤਿਪ ਤਿਪ ਲਹੂ ਦੀ ਡੋਲ ਡੋਲ ਕੇ ਵੀ ਹੌਲੀ ਕਰਾਂਗੇ ਗਮਾਂ ਦੀ ਪੰਡ ਤੇਰੀ, ਗਮਾਂ ਦੀ ਪੰਡ ਤੇਰੀ ਹੌਲੀ ਕਰਾਂਗੇ, ਤੇਰੇ ਦੁੱਖਾਂ ਨੂੰ ਬਿਲਕੁਲ ਖਤਮ ਕਰਾਂਗੇ। ਅਸੀਂ ਸੜਕਾਂ ਤੇ ਡਾਂਗਾਂ ਦੀ ਅੱਗ ਸੇਕੀ। ਹੁਣ ਕਵੀ ਕੀ ਕਹਿ ਰਿਹਾ, ਕਹਿੰਦੇ ਅਸੀਂ ਸੜਕਾਂ ਦੇ ਉੱਤੇ ਡਾਂਗਾਂ ਦੀ ਅੱਗ ਸੇਕੀ, ਮਤਲਬ ਅਸੀਂ ਮੁਜ਼ਾਹਰੇ, ਠੀਕ ਹੈ, ਤੇ ਮਤਲਬ ਰੈਲੀਆਂ ਦੇ ਵਿੱਚ ਸੜਕਾਂ ਤੇ ਬੈਠ ਬੈਠ ਕੇ ਦੇਖਿਆ, ਇਹ ਪਰ ਹੱਕਾਂ ਨੂੰ ਠੰਡ ਲਵਾਈ ਤਾਂ ਨਹੀਂ। ਕਹਿੰਦੇ ਇਹ ਸਭ ਕੁਝ ਸਹਿੰਦੇ ਹੋਏ ਵੀ ਅਸੀਂ ਆਪਣੇ ਜਿਹੜੇ ਹੱਕ ਸੀ ਉਹ ਠੰਡੇ ਨਹੀਂ ਪੈਣ ਦਿੱਤੇ। ਸਾਡਾ ਕਾਤਲ ਹੀ ਕੱਚਾ ਨਿਸ਼ਾਨ ਚ ਸੀ, ਕਹਿੰਦੇ ਜਿਹੜੇ ਸਾਨੂੰ ਕਤਲ ਕਰਨ ਵਾਲੇ ਸੀ ਉਹਨਾਂ ਦਾ ਨਿਸ਼ਾਨੇ ਹੀ ਕੱਚੇ ਸੀ। ਅਸੀਂ ਗੋਲੀ ਤੋਂ ਕੰਡ ਭਵਾਈ ਤਾਂ ਨਹੀਂ, ਕੰਡ ਭਵਾਈ ਤਾਂ ਨਹੀਂ, ਕਹਿੰਦੇ ਅਸੀਂ ਗੋਲੀ ਨੂੰ ਪਿੱਠ ਨਹੀਂ ਦਿਖਾਈ, ਅਸੀਂ ਗੋਲੀਆਂ ਤੋਂ ਵੀ ਮਤਲਬ ਦੂਰ ਨਹੀਂ ਹੋਏ, ਪਰ ਅਸੀਂ ਫਿਰ ਵੀ ਆਪਣੇ ਹੱਕਾਂ ਦੇ ਲਈ ਲੜਦੇ ਰਹੇ। ਨੈਕਸਟ ਹੈ, ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ। ਕਾਤਲ ਕੌਣ ਹੈ? ਜਿਹੜੇ ਸਰਮਾਏਦਾਰੀ ਹਾਕਮ ਨੇ, ਠੀਕ ਹੈ, ਜਿਹੜੇ ਕਿ ਮਜ਼ਦੂਰਾਂ ਦੀ ਲੁੱਟ ਖਸੁੱਟ ਕਰਦੇ ਨੇ। ਕਹਿੰਦੇ ਉਹਨਾਂ ਨੂੰ ਭਰਮ ਕੀ ਆ? ਅਸੀਂ ਹੋਵਾਂਗੇ ਦੋ ਜਾਂ ਚਾਰ ਬਾਪੂ। ਬਾਪੂ ਨੂੰ ਕਹਿੰਦੇ ਉਹਨਾਂ ਨੂੰ ਇਹੀ ਭਰਮ ਆ ਵੀ ਅਸੀਂ ਦੋ ਜਾਂ ਚਾਰ ਬੰਦੇ ਹੋਵਾਂਗੇ, ਤੇ ਉਹਨਾਂ ਦੇ ਜਿਹੜੇ ਬੋਲੇ ਬੋਲ ਨੇ ਉਹਨਾਂ ਦੇ ਨਾਲ ਦੱਬ ਕੇ ਰਹਿ ਜਾਵਾਂਗੇ। ਬਦਲੇ ਲਏ ਤੋਂ ਵੀ ਜਿਹੜੀ ਟੁੱਟਣੀ ਨਾ, ਐਡੀ ਲੰਮੀ ਆ ਸਾਡੀ ਕਤਾਰ। ਬਾਪੂ ਆਪਣੇ ਬਾਪੂ ਨੂੰ ਕਹਿ ਰਿਹਾ, ਕਹਿੰਦੇ ਸਾਡੀ ਕਤਾਰ ਇੰਨੀ ਲੰਮੀ ਆ, ਭਾਵੇਂ ਜਿੰਨੇ ਮਰਜ਼ੀ ਬਦਲੇ ਲੈ ਲਈਏ ਪਰ ਫਿਰ ਵੀ ਉਹ ਖਤਮ ਨਹੀਂ ਹੋਊਗੀ। ਨੈਕਸਟ ਹੈ, ਸਾਡੇ ਹੱਕਾਂ ਦੀ ਮੱਕੀ ਹੈ ਹੋਈ ਚਾਬੂ। ਚਾਬੂ ਮਤਲਬ ਚੱਬਣ ਯੋਗ ਹੋਈ ਪਈ ਆ। ਵੇਲੜ ਵਗਣਾ ਖੇਤਾਂ ਵਿੱਚ ਵੜਨ ਦੇਣਾ। ਵਗ ਕਿਹੜਾ ਹੁੰਦਾ? ਪਸ਼ੂਆਂ ਦਾ ਇਕੱਠ। ਕਹਿੰਦੇ ਅਸੀਂ ਖੇਤਾਂ ਦੇ ਵਿੱਚ ਪਸ਼ੂਆਂ ਦਾ ਇਕੱਠ ਨਹੀਂ ਵੜਨ ਦੇਣਾ, ਮਤਲਬ ਉਹਨਾਂ ਸਰਮਾਏਦਾਰੀ ਜਗੀਰਦਾਰਾਂ ਨੂੰ ਖੇਤਾਂ ਦੇ ਵਿੱਚ ਵੜਨ ਨਹੀਂ ਦੇਣਾ। ਠੀਕ ਹੈ, ਕਹਿੰਦੇ ਨਰਮ ਦੋਧਿਆਂ ਤੇ ਸੂਹੇ ਪਿੰਡਿਆਂ ਨੂੰ ਅਸੀਂ ਲੁੱਟਦਾ ਤਾਪ ਨਹੀਂ ਚੜਨ ਦੇਣਾ। ਕਹਿੰਦੇ ਅਸੀਂ ਛੱਲੀਆਂ ਦੇ ਨਰਮ ਦਾਣਿਆਂ ਦੇ ਯੋਧੇ ਪਿੰਡਾਂ ਨੂੰ ਲੁੱਟਦਾ ਤਾਪ ਨਹੀਂ ਚੜਨ ਦੇਣਾ, ਤੇ ਹਰ ਤਰ੍ਹਾਂ ਅਸੀਂ ਖੇਤਾਂ ਦੀ ਰਾਖੀ ਕਰਨੀ ਹੈ ਤੇ ਇਹਨਾਂ ਲੁਟੇਰਿਆਂ ਤੋਂ ਆਪਣੇ ਖੇਤਾਂ ਨੂੰ ਬਚਾਉਣਾ ਹੈ। ਠੀਕ ਹੈ ਜੀ, ਨੈਕਸਟ ਕਵਿਤਾ ਹੈ ਸੀਰੀ ਤੇ ਜੱਟ ਦੀ ਸਾਂਝੀ ਵਿਥਿਆ ਦੇ ਨਾਮ। ਫਿਫਥ ਕਵਿਤਾ, ਸੀਰੀ ਤੇ ਜੱਟ ਦੀ ਸਾਂਝੀ ਵਿਥਿਆ ਦੇ ਨਾਮ। ਹੁਣ ਇਸ
कविता की गल करिए इस कविता दे विच संत राम उदासी ने मजदूरां दी गल कीती आ। फिर ठीक है मजदूर किसान जिहड़े खेतां दे विच काम करदे ने, खेतां दे विच काम करन दे बावजूद भी दिन रात मेहनत करन दे बावजूद भी उन्हां दे हक्कां दे विच उन्हां नूं हक्कां दी कमाई नहीं मिलदी, उन्हां दी मेहनत का पूरा मुल नहीं पैंदा। ठीक है गल लग के सिरी दे जट रोवे, सिरी मतलब जिहड़ा नाल काम करदा खेतां दे विच। ਕਹਿੰਦੇ ਕਿਸਾਨ ਸੀ ਜਿਹੜਾ ਉਹ ਸੀਰੀ ਦੇ ਗਲ ਲੱਗ ਕੇ ਰੋਣ ਲੱਗ ਪਿਆ, ਬੋਲਾਂ ਵਿੱਚੋਂ ਦੀ ਨੀਰ ਵਗਿਆ ਤੇ ਬੋਲਾਂ ਦੇ ਵਿੱਚੋਂ ਵੀ ਅਥਰੂ ਆ ਗਏ। ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ, ਤੂੜੀ ਵਿੱਚੋਂ ਪੁੱਤ ਜੱਗਿਆ। ਠੀਕ ਹੈ ਸੀਰੀ ਨੂੰ ਕਹਿ ਰਿਹਾ ਕਹਿੰਦਾ ਜੱਗਾ ਪੁੱਤ ਜਾ ਤੂੰ ਤੰਗਲੀ ਲੈ ਕੇ ਆ ਤੇ ਆਪਾਂ ਫਰੋਲ ਕੇ ਦੇਖੀਏ ਵੀ ਸਾਡੇ ਨਸੀਬਾਂ ਦੇ ਵਿੱਚ ਕੀ ਆ, ਸਾਡੀ ਮਿਹਨਤ ਦਾ ਮੁੱਲ ਪਿਆ ਹੈ ਤਾਂ ਨਹੀਂ ਪਿਆ। ਠੀਕ ਹੈ ਨੈਕਸਟ ਹੈ ਸਾਡੇ ਪਿੰਡ ਵਿੱਚ ਤੇਰੇ ਗਲ ਚੀਥੜੇ ਨਹੀਂ, ਚੀਥੜੇ ਮਤਲਬ ਕੱਪੜੇ ਜਾਂ ਪਾਟੇ ਨੀਲੇ। ਸਾਡੇ ਗਲ ਵਿੱਚ ਤੇਰੇ ਚੀਥੜੇ ਨੀ, ਮੇਰੀ ਇਹ ਜਵਾਨ ਕਣਕ ਆਪਣੀ ਜਵਾਨ ਕਣਕ ਨੂੰ ਕਹਿ ਰਿਹਾ। ਕਹਿੰਦੇ ਉਸਦੇ ਵਿੱਚ ਗਲ ਪਾਉਣ ਦੇ ਲਈ ਸਿਰਫ ਪਾਟੀਆਂ ਲੀਰਾਂ ਹੀ ਰਹਿ ਗਈਆਂ ਨੇ। ਕੱਲ ਸ਼ਾਹਾਂ ਦੇ ਗੋਦਾਮ ਵਿੱਚੋਂ ਨਿਕਲੇ ਤੂੰ ਸੋਨੇ ਦਾ ਪਟੋਲਾ ਬਣ ਕੇ। ਕਣਕ ਨੂੰ ਕੀ ਕਹਿ ਰਿਹਾ ਕਹਿੰਦੇ ਅਸੀਂ ਮਤਲਬ ਦਿਨ ਰਾਤ ਮਿਹਨਤ ਕਰਦੇ ਰਹੇ ਪਰ ਫਿਰ ਵੀ ਸਾਡੇ ਪੱਲੇ ਕੁਝ ਨਹੀਂ ਪਿਆ। ਕਹਿੰਦੇ ਜਦੋਂ ਕੱਲ ਨੂੰ ਇਹ ਸਰਦਾਰਾਂ ਦੇ ਗੋਦਾਮਾਂ ਦੇ ਵਿੱਚੋਂ ਨਿਕਲੂਗੀ ਤਾਂ ਉਸ ਸਮੇਂ ਸੋਨੇ ਦੇ ਭਾਅ ਤੇ ਵਿਕਣੀਆਂ, ਮਤਲਬ ਉਦੋਂ ਇਹਦਾ ਮੁੱਲ ਆ ਜਿਹੜਾ ਸੋਨੇ ਦੇ ਬਰਾਬਰ ਹੋ ਜਾਣਾ। ਤੂੰ ਵੀ ਬਣ ਗਿਆ ਗਮਾਂ ਦਾ ਗਮੰਤਰੀ, ਉਹ ਮੇਰੇ ਬੇਜਵਾਨ ਟੰਗਿਆ। ਕਹਿੰਦੇ ਜੱਟ ਨੂੰ ਬੇਜਵਾਨ ਬਲਦ ਨੂੰ ਸੰਬੋਧਨ ਕਰਦਾ ਕਹਿੰਦਾ ਉਹ ਵੀ ਭੁੱਖਾ ਰਹੇਗਾ ਉਦੋਂ ਤੱਕ ਜਦੋਂ ਤੱਕ ਉਹਨੂੰ ਭੁੱਖਾਂ ਦੇ ਨਾਲ ਨਾਲ ਗਮਾਂ ਦੇ ਗੀਤ ਗਾਉਣੇ ਪੈਣਗੇ। ਠੀਕ ਹੈ ਨੈਕਸਟ ਹੈ ਸਾਡਾ ਕੁੱਟੀ ਕੁੱਟੀ ਖੂਨ ਤੀਲ ਪੀ ਗਿਆ ਤੇ ਖਾਦ ਖਾ ਗਈ ਹੱਡ ਖਾਰ ਕੇ। ਹੁਣ ਕਿਸਾਨ ਜਦੋਂ ਦਿਨ ਰਾਤ ਮਿਹਨਤ ਕਰਦੇ ਆ ਉਹਨਾਂ ਨੂੰ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਆਉਂਦੀਆਂ ਜਾਂ ਕਿਹੜਾ ਕਿਹੜਾ ਖਰਚ ਝੱਲਣਾ ਪੈਂਦਾ ਉਹਦੇ ਬਾਰੇ ਗੱਲ ਕੀਤੀ ਹੈ। ਸਾਡਾ ਕੁੱਟੀ ਕੁੱਟੀ ਖੂਨ ਤੇਲ ਪੈ ਗਿਆ, ਕਹਿੰਦੇ ਇੰਨਾ ਮਿਹਨਤ ਕਰਨ ਦੇ ਬਾਵਜੂਦ ਵੀ ਜਿਹੜਾ ਉਹਨਾਂ ਦਾ ਖੂਨ ਆ ਉਹ ਟਰੈਕਟਰਾਂ ਤੇ ਟਿਊਬਲਾਂ ਨੇ ਪੀ ਲਿਆ। ਬੋਲੇ ਬੈਂਕ ਦੀ ਤਕਾਵੀ ਵਹੀ ਅੰਦਰੋਂ, ਤਕਾਵੀ ਕੀ ਹੈ ਜਿਹਦੇ ਵਿੱਚ ਕਰਜ਼ੇ ਦੀ ਕਿਸ਼ਤ ਆ। ਕਹਿੰਦੇ ਸਾਡੇ ਬੈਂਕਾਂ ਦੇ ਵਿੱਚ ਵੀ ਸਾਡੀ ਕਰਜ਼ੇ ਦੀ ਕਿਸ਼ਤ ਬੋਲਦੀ ਆ। ਬੋਲਾਂ ਨੂੰ ਖੰਗੂਰਾ ਮਾਰ ਕੇ ਸਾਨੂੰ ਬਿਜਲੀ ਝੰਜੋੜ ਇੰਨਾ ਮਾਰਿਆ, ਕਹਿੰਦੇ ਸਾਨੂੰ ਬਿਜਲੀ ਦੇ ਬਿੱਲ ਨੇ ਵੀ ਇੰਨਾ ਝੰਜੋੜ ਕੇ ਰੱਖ ਦਿੱਤਾ ਕਿ ਸਦਰਾਂ ਨੂੰ ਲਾਂਬੂ ਲੱਗਿਆ। ਲਾਂਬੂ ਮਤਲਬ ਅੱਗ, ਕਹਿੰਦੇ ਜਿਹੜੀਆਂ ਸਾਡੀਆਂ ਸਦਰਾਂ ਨੇ ਸਾਡੀਆਂ ਰੀਝਾਂ ਨੇ ਉਹਨਾਂ ਨੂੰ ਲਾਂਬੂ ਲੱਗ ਚੁੱਕਿਆ, ਉਹਨਾਂ ਨੂੰ ਅੱਗ ਲੱਗ ਚੁੱਕੀ ਹੈ। ਗਲ ਲੱਗ ਕੇ ਜੱਟ ਦੇ ਸੀਰੀ ਰੋਇਆ, ਤੇ ਸੀਰੀ ਆ ਜਿਹੜਾ ਉਹ ਜੱਟ ਦੇ ਗਲ ਲੱਗ ਕੇ, ਜੱਟ ਆ ਜਿਹੜਾ ਸੀਰੀ ਦੇ ਗਲ ਲੱਗ ਕੇ ਰੋਂਦਾ ਹੈ ਤੇ ਆਪਣੀ ਜਿਹੜੀ ਦਰਦ ਸ਼ਾਹ ਉਹਨੂੰ ਬਿਆਨ ਕਰਦਾ। ਠੀਕ ਹੈ ਨੈਕਸਟ ਹੈ ਧੀਏ ਕਿਹੜੇ ਨੀ ਪੜੋਲੇ ਵਿੱਚ ਡਕਲਾਂ, ਮੈਂ ਤੇਰੀਆਂ ਜਵਾਨ ਸਦਰਾਂ। ਹੁਣ ਜਿਹੜਾ ਕਿਸਾਨ ਹੈ ਉਹ ਆਪਣੀ ਬੇਟੀ ਨੂੰ ਕਹਿ ਰਿਹਾ ਕਹਿੰਦਾ ਤੇਰੀਆਂ ਜਿਹੜੀਆਂ ਸਦਰਾਂ ਨੇ ਰੀਝਾਂ ਨੇ ਉਹ ਮੈਂ ਪੂਰੀਆਂ ਨਹੀਂ ਕਰ ਸਕਿਆ। ਕਿਉਂ? ਕਿਉਂਕਿ ਮੈਨੂੰ ਮੇਰੀ ਮਿਹਨਤ ਦਾ ਪੂਰਾ ਮੁੱਲ ਨਹੀਂ ਮਿਲਦਾ। ਵੱਢ ਖਾਣੀਆਂ ਸੱਸਾਂ ਦਾ ਰੂਪ ਧਾਰਿਆ ਹੈ ਸਾਡੀਆਂ ਸਮਾਜੀ ਕਦਰਾਂ। ਕਹਿੰਦੇ ਜਿਹੜੇ ਸਮਾਜ ਦੀਆਂ ਕਦਰਾਂ ਕੀਮਤਾਂ ਨੇ ਉਹਨਾਂ ਸੱਸਾਂ ਵਰਗਾ ਰੂਪ ਧਾਰਿਆ, ਮਤਲਬ ਜਿਹੜੀਆਂ ਸਮਾਜ ਦੀਆਂ ਕਦਰਾਂ ਕੀਮਤਾਂ ਦੇ ਬਾਵਜੂਦ ਵੀ ਮੈਂ ਤੇਰੀਆਂ ਰੀਝਾਂ ਨੂੰ ਪੂਰਾ ਨਹੀਂ ਕਰ ਸਕਿਆ। ਧੀਏ ਕਿਹੜਾ ਨਜ਼ੂਮੀਆਂ ਨੂੰ ਪੁੱਛਣਾ, ਕਿਉਂ ਚੰਨ ਨੂੰ ਸਰਾਪ ਲੱਗਿਆ। ਨਜ਼ੂਮੀਆਂ ਮਤਲਬ ਕਿਹੜੇ ਪੰਡਤਾਂ ਨੂੰ ਜਾ ਕੇ ਮੈਂ ਪੁੱਛਾਂ ਵੀ ਮੇਰੇ ਚੰਨ ਨੂੰ ਕੀ ਸਰਾਪ ਲੱਗ ਗਿਆ, ਮੈਨੂੰ ਕੀ ਸਰਾਪ ਲੱਗਿਆ ਜਿਹਦੇ ਕਰਕੇ ਮੈਂ ਤੇਰੀਆਂ ਸਦਰਾਂ ਨੂੰ ਪੂਰਿਆਂ ਨਹੀਂ ਕਰ ਸਕਿਆ। ਸੁੱਕੇ ਜਾਣ ਦਾ ਬੋਲਾਂ ਦਾ ਮਾਰ ਮਗਰਾਂ, ਜੋ ਮਾਰਦੇ ਨੇ ਜਾਂਦੇ ਝਗੜਾਂ। ਹੁਣ ਜਿਹੜਾ ਜੱਟ ਆ ਪੂਰੀ ਸਾਲ ਮਿਹਨਤ ਕਰਨ ਦੇ ਬਾਵਜੂਦ ਵੀ ਜਾ ਜਦੋਂ ਜਾਗ੍ਰਿਤ ਹੁੰਦਾ ਤਾਂ ਜੋਸ਼ ਵਿੱਚ ਆ ਜਾਂਦਾ। ਉਹ ਲਲਕਾਰ ਕੇ ਕੀ ਕਹਿੰਦਾ, ਕਹਿੰਦਾ ਸ਼ਾਹੂਕਾਰ ਸਰਮਾਏਦਾਰ ਉਸਦੇ ਬੋਲਾਂ ਨੂੰ ਪਿੱਠ ਤੇ ਚੌਕੇ ਖੁਸ਼ੀ ਦੀਆਂ ਚਾਂਗਰਾਂ ਮਾਰਦੇ ਨੇ। ਅੱਜ ਝੱਖੜਾਂ ਨੇ ਤੂੜੀ ਨੂੰ ਬਖੇਰਿਆ, ਖੇਤਾਂ ਚ ਬਰੂਦ ਵਾਂਗਰਾ। ਖੇਤਾਂ ਦੇ ਵਿੱਚ ਝੱਖੜਾਂ ਨੇ ਤੂੜੀ ਨੂੰ ਬਖੇਰ ਦਿੱਤਾ, ਜਿਵੇਂ ਬਰੂਦ ਫਿਰ ਦਿੰਦਾ। ਹੁਣ ਸਾਡੇ ਹੀ ਹੱਥਾਂ ਨੇ ਹੈ ਚੋਵਣਾ, ਜੋ ਮਿਹਨਤਾਂ ਨੂੰ ਮੱਖ ਲੱਗਿਆ। ਜਿਹੜੀ ਮਤਲਬ ਸਾਡੇ ਹੱਥਾਂ ਦੇ ਵਿੱਚ ਮਿਹਨਤ ਪੱਲੇ ਪਈ ਆ, ਉਹਨਾਂ ਨੇ ਸਿਰਫ ਸਾਡੇ ਹੱਥਾਂ ਵਾਲੇ ਝਾਕਣਾ, ਸਾਡੇ ਹੱਥਾਂ ਵੱਲ ਹੀ ਦੇਖਣਾ। ਗਲ ਲੱਗ ਕੇ ਜੱਟ ਸਿਰੀ ਦੇ ਰੋਇਆ, ਤੇ ਜੱਟ ਸੀਰੀ ਦੇ ਗਲ ਲੱਗ ਕੇ ਆਪਣੀ ਦੁਰਦਸ਼ਾ ਬਿਆਨ ਕਰਦਾ ਤੇ ਕਹਿ ਰਿਹਾ ਵੀ ਇੰਨੀ ਮਿਹਨਤ ਕਰਨ ਦੇ ਬਾਵਜੂਦ ਵੀ ਉਹਦੇ ਹੱਥ ਪੱਲੇ ਕੁਝ ਨਹੀਂ ਪੈਂਦਾ। ਠੀਕ ਹੈ ਜੀ, ਇੱਥੋਂ ਤੱਕ ਸੰਤ ਰਾਮ ਉਦਾਸੀ ਦੀਆਂ ਜਿਹੜੀਆਂ ਕਵਿਤਾਵਾਂ ਨੇ ਉਹ ਖਤਮ ਹੁੰਦੀਆਂ ਨੇ। ਨੈਕਸਟ ਕਵਿਤਾ ਅਸੀਂ ਨੈਕਸਟ ਵੀਡੀਓ 'ਚ ਕਰਾਂਗੇ। ਥੈਂਕ ਯੂ।